ਆਪਣੀ ਕਲਮ ਦੇ ਬੇਤਾਜ ਬਾਦਸ਼ਾਹ ਨੇ ਗਿਲ ਰੌਂਤਾ ਜਿਨ੍ਹਾਂ ਦਾ ਹਾਲ ਹੀ ਦੇ ਵਿੱਚ ਵਿਆਹ ਹੋਇਆ ਅਤੇ ਉਹਨਾਂ ਦੇ ਵਿਆਹ ਦੇ ਵਿੱਚ ਵੱਖ ਵੱਖ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਵੀ ਕੀਤੀ ਹੈ ਅਤੇ ਸੋਸ਼ਲ ਮੀਡੀਆ ਤੇ ਇਹਨਾਂ ਦੇ ਵਿਆਹ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਨੇ ਤੇ ਆਓ ਜ਼ਿਆਦਾ ਦੇਰ ਨਾ ਕਰਦੇ ਹੋਏ ਦੇਖਦੇ ਹਾਂ ਜੀ ਇਹਨਾਂ ਦੇ ਵਿਆਹ ਦੀਆਂ ਖਾਸ ਤਸਵੀਰਾਂ ਅਤੇ ਵੀਡੀਓਜ਼। ਮੇਰੀ ਹਾਲੜੇ ਮੇਰੀ ਮਾਂ ਨੇ ਮੁੱਕਰ ਕੇ ਮਾਪੇ ਮੰਗ ਸੀ ਤੂੰ ਮੇਰੀ ਹਾਲੜੇ ਮੇਰੀ ਮਾਂ ਨੇ ਮੁੱਕਰ
ਖੈਰ ਜੇਕਰ ਸਿੱਧੂ ਮੂਸੇਵਾਲਾ ਜਿਉਂਦੇ ਤਾਂ ਉਹ ਵੀ ਇਸ ਵਿਆਹ ਦੇ ਵਿੱਚ ਜ਼ਰੂਰ ਸ਼ਿਰਕਤ ਕਰਦੇ ਕਿਉਂਕਿ ਗਿੱਲ ਰੌਂਤਾ ਦੇ ਉਹ ਖਾਸ ਦੋਸਤ ਸਨ ਅਤੇ ਯੈਸ ਆਈ ਐਮ ਸਟੂਡੈਂਟ ਦੇ ਵਿੱਚ ਉਹਨਾਂ ਨੇ ਰੋਲ ਵੀ ਅਦਾ ਕੀਤਾ ਹੈ ਗਿੱਲ ਰੌਂਤਾ ਦੇ ਨਾਲ। ਤੇ ਦੱਸ ਦਿਓ ਤੁਹਾਨੂੰ ਕਿ ਯੈਸ ਆਈ ਐਮ ਸਟੂਡੈਂਟ ਫਿਲਮ ਵੀ ਗਿੱਲ ਰੌਂਤਾ ਨੇ ਹੀ ਲਿਖੀ ਸੀ। ਜੇਕਰ ਮੂਸੇਵਾਲਾ ਹੁੰਦੇ ਤਾਂ ਰੰਗ ਕੁਝ ਹੋਰ ਹੋਣਾ ਸੀਗਾ। ਫਿਲਹਾਲ ਸਾਡੇ ਵੱਲੋਂ ਇੱਕ ਵਾਰੀ ਫਿਰ ਤੋਂ ਗਿੱਲ ਰੌਂਤਾ ਨੂੰ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੇ ਵਿਆਹ ਦੀਆਂ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗਿੱਲ ਰੌਂਤਾ ਦੇ ਬਾਰੇ? ਆਪਣੀ ਰਾਏ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਭੇਜਿਓ ਤੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰੋ।